ਸਤਿ ਸ਼੍ਰੀ ਅਕਾਲ ਪੰਜਾਬ ਭਾਰਤ ਅਤੇ ਕੈਨੇਡਾ ਦੀਆਂ ਇੰਗਲਿਸ਼ ਪੰਜਾਬੀ ਅਤੇ ਗੁਜਰਾਤੀ ਦੀਆਂ ਖਬਰਾਂ ਦੇ ਇੱਕਮਾਤਰ ਪੋਰਟਲ ਇੰਡੀਅਨ ਟਾਈਮਸ ਡੇਲੀ .com ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇਹਦੇ ਵਿੱਚ ਤੁਹਾਨੂੰ ਸਥਾਪਿਤ ਕਾਰੋਬਾਰਾਂ ਅਤੇ ਸਾਧਨਾਂ ਦੀ ਜਾਣਕਾਰੀ ਵੀ ਮਿਲੇਗੀ। ਮੇਰਾ ਨਾਮ ਗੌਰੀ ਸਿੰਘ ਹੈ ਅਤੇ ਅੱਜ ਦੀਆਂ ਮੁੱਖ ਖਬਰਾਂ ਨੇ। ਪੰਜਾਬ ਵਿੱਚ ਨਵੀਂ ਬਣੀ CWC ਵਿੱਚ CM ਅਮਰਿੰਦਰ ਸਿੰਘ ਦਾ ਕੋਈ ਵੀ ਪੋਜੀਸ਼ਨ ਨਹੀਂ ਹੈ ਅਤੇ ਪੁਲਿਸ ਨੂੰ ਡਰੱਗ ਦੇ ਸੰਬੰਧਿਤ ਮੌਤਾਂ ਦੇ ਵਿੱਚ FIR ਦਰਜ ਕਰਵਾਉਣ ਦਾ ਨਿਰਦੇਸ਼ ਦਿੱਤਾ ਗਿਆ। ਭਾਰਤ ਵਿੱਚ ਸੁਪਰੀਮ ਕੋਰਟ ਨੇ ਲਿੰਚਿਸ ਤੋਂ ਨਿਪਟਣ ਦੇ ਲਈ ਸਪੈਸ਼ਲ ਕਾਨੂੰਨ ਮੰਗੇ ਹਨ ਅਤੇ ਵੈਸਟ ਬੰਗਾਲ ਦੇ BJP ਲੀਡਰਸ ਨੂੰ ਕਲਪੇਬਲ ਹੋਮੀਸਾਈਡ ਦੇ ਲਈ ਬੁੱਕ ਕੀਤਾ ਗਿਆ ਹੈ। ਕੈਨੇਡਾ ਵਿੱਚ MPs ਅਸਾਇਲਮ ਸੀਕਰਸ ਦੀ ਸਮਰ ਸਟੱਡੀ ਦੇ ਲਈ ਸਹਿਮਤ ਹੋਏ ਹਨ ਅਤੇ ਪਾਈਪਲਾਈਨ ਪ੍ਰੋਜੈਕਟ ਨੇ PM ਟਰੂਡੋ ਦੀ ਯੂਥ ਕਾਊਂਸਿਲ ਨੂੰ ਡਿਵਾਈਡ ਕਰ ਦਿੱਤਾ ਹੈ। ਸਾਡੇ ਨਾਲ ਜੁੜੇ ਰਹੋ ਦੋਸਤੋ, ਅਸੀਂ ਪੰਜਾਬ ਭਾਰਤ ਅਤੇ ਕੈਨੇਡਾ ਦੀਆਂ ਮਹੱਤਵਪੂਰਨ ਖਬਰਾਂ ਦੇ ਨਾਲ ਜਲਦੀ ਵਾਪਸ ਆਵਾਂਗੇ। ਇੰਡੀਅਨ ਟਾਈਮਸ ਡੇਲੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪੰਜਾਬ ਦੀਆਂ 10 ਮੁੱਖ ਖਬਰਾਂ ਹਨ। ਕਾਂਗਰਸ ਪ੍ਰੈਜ਼ੀਡੈਂਟ ਰਾਹੁਲ ਗਾਂਧੀ ਨੇ 23 ਮੈਂਬਰਾਂ ਦੀ ਪਹਿਲੀ ਕਾਂਗਰਸ ਵਰਕਿੰਗ ਕਮੇਟੀ ਬਣਾਈ ਹੈ। 19 ਪਰਮਾਨੈਂਟ ਅਤੇ 9 ਸਪੈਸ਼ਲ ਇਨਵਾਈਟਿਸ ਹਨ। ਹਾਲਾਂਕਿ CWC ਤੋਂ CM ਅਮਰਿੰਦਰ ਸਿੰਘ ਗਾਇਬ ਹਨ। ਸਪੈਸ਼ਲ ਟਾਸਕ ਫੋਰਸ ਨੇ ਪੁਲਿਸ ਤੋਂ FIR ਦੇ ਰਜਿਸਟ੍ਰੇਸ਼ਨ ਦੇ ਮਾਧਿਅਮ ਨਾਲ ਹਰ ਸਸਪੈਕਟਿਡ ਡਰੱਗ ਦੀ ਖੁਰਾਕ ਤੋਂ ਮੌਤ ਨੂੰ ਸਵੀਕਾਰ ਕਰਨ ਦੇ ਲਈ ਕਿਹਾ ਹੈ। STF ਦੇ ਨਿਰਦੇਸ਼ ਤਦ ਆਏ ਜਦ ਰਾਜ ਅਤੇ ਪੁਲਿਸ ਕਥਿਤ ਤੌਰ 'ਤੇ ਡਰੱਗ ਨਾਲ ਸੰਬੰਧਿਤ ਮੌਤਾਂ ਦੀ ਰਿਪੋਰਟਿੰਗ ਕਰ ਰਹੀ ਹੈ। ਕਠੂਆ ਅਪਹਰਣ, ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿੱਚ ਪ੍ਰੋਸੀਕਿਊਟਰ ਵੱਲੋਂ ਪ੍ਰੋਡਿਊਸਡ ਇੱਕ ਲਿਫਾਫਾ ਜੋ ਕਿ ਬਰੀ ਹੋਈ ਕੁੜੀ ਦੇ ਵਾਲਾਂ ਦੇ ਸਟ੍ਰੈਂਡ ਤੋਂ ਜੁੜਿਆ ਹੈ, ਖਾਲੀ ਹੋ ਗਿਆ। ਜਨਵਰੀ ਵਿੱਚ ਅਪਰਾਧ ਕੀਤੇ ਜਾਣ ਦੇ ਬਾਅਦ ਇਸ ਨੂੰ DNA ਟੈਸਟਿੰਗ ਦੇ ਲਈ ਲੈਬ ਵਿੱਚ ਭੇਜਿਆ ਗਿਆ ਸੀ। ਮਰਡਰ ਦੇ ਦੋਸ਼ੀ ਬਲਵੰਤ ਸਿੰਘ ਰਜਵਾਣਾ ਨੇ ਸੈਂਟਰਲ ਜੇਲ੍ਹ ਦੇ ਵਿੱਚ ਇਨਡੈਫੀਨੇਟ ਫਾਸਟ ਸ਼ੁਰੂ ਕਰ ਦਿੱਤਾ ਹੈ। ਉਹ ਉਦੋਂ ਦੇ CM ਬੇਅੰਤ ਸਿੰਘ ਦੇ ਕਤਲ ਦੇ ਲਈ ਮੌਤ ਦੀ ਰੋਹ 'ਤੇ ਦੋਸ਼ੀ ਹਨ। ਰਜਵਾਣਾ ਚਾਹੁੰਦਾ ਹੈ ਕਿ ਹੋਮ ਮਿਨਿਸਟਰ ਰਾਜਨਾਥ ਸਿੰਘ ਉਸਦੀ ਮਰਸੀ ਪਟੀਸ਼ਨ 'ਤੇ ਹਵਾ ਨੂੰ ਸਾਫ਼ ਕਰੇ। ਰਾਜ ਨੇ ਰਾਜ ਦੇ ਖਜ਼ਾਨੇ ਦੇ ਨਾਲ ਪੂਰੇ ਪੈਂਡਿੰਗ GST ਰਿਫੰਡ ਨੂੰ ਮਨਜ਼ੂਰੀ ਦੇਣ ਦੇ ਇਲਾਵਾ ਬਹੁਤ ਸਾਰੀਆਂ ਯੋਜਨਾਵਾਂ ਅਤੇ ਡਿਵੈਲਪਮੈਂਟ ਪ੍ਰੋਜੈਕਟਸ ਦੇ ਪੈਂਡਿੰਗ ਪੇਮੈਂਟ ਦੇ ਲਈ 469 ਕਰੋੜ ਰੁਪਏ ਜਾਰੀ ਕੀਤੇ ਹਨ। ਜਾਰੀ ਕੀਤੇ ਗਏ ਪੈਸੇ ਲੋਕਲ ਸਰਕਾਰ ਅਤੇ ਐਜੂਕੇਸ਼ਨ ਡਿਪਾਰਟਮੈਂਟਸ ਦੇ ਨਾਲ ਨਾਲ ਸੋਸ਼ਲ ਸਿਕਿਉਰਿਟੀ ਪੈਨਸ਼ਨਸ ਪੈਂਡਿੰਗ ਹਨ। ਪੰਜਾਬ ਵਿੱਚ ਮੰਤਰੀਆਂ ਦੇ ਗਰੁੱਪਸ ਦੇ ਵਿੱਚ ਆਰਗੂਮੈਂਟ ਦੇ ਵਿੱਚ ਗੈਰ ਕਾਨੂੰਨੀ ਕਾਲੋਨੀਜ਼ ਨੂੰ ਅਪਰੂਵ ਕਰਨ ਦੀ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਡਰਾਫਟ ਪਾਲਿਸੀ ਹਾਊਸਿੰਗ ਮਿਨਿਸਟਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਮੰਤਰੀਆਂ ਦੇ ਗਰੁੱਪਸ ਦੇ ਸਾਹਮਣੇ ਪ੍ਰਸਤੁਤ ਕੀਤੀ ਗਈ ਸੀ। CM ਅਮਰਿੰਦਰ ਸਿੰਘ ਨੇ ਕਿਰਾਏ 'ਤੇ ਐਗਰੀਕਲਚਰਲ ਲੈਂਡ 'ਤੇ ਸੋਲਰ ਐਨਰਜੀ ਜਨਰੇਸ਼ਨ ਦੇ ਲਈ ਇੱਕ ਪਾਇਲਟ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਿੰਘ ਨੇ ਕਿਸਾਨਾਂ ਨੂੰ ਫਲ ਅਤੇ ਸਬਜ਼ੀਆਂ ਦੀ ਹਾਈ ਵੈਲਿਊ ਖੇਤੀ ਕਰਨ ਦੀ ਵੀ ਮਨਜ਼ੂਰੀ ਦਿੱਤੀ ਹੈ। PWD ਮਿਨਿਸਟਰ ਵਿਜੇ ਇੰਦਰ ਸਿੰਗਲਾ ਨੇ ਘੋਸ਼ਣਾ ਕੀਤੀ ਹੈ ਕਿ ਅੰਮ੍ਰਿਤਸਰ ਵਿੱਚ ਰਾਜ ਵੱਲੋਂ ਕੁਝ 32 ਰੇਲਵੇ ਓਵਰ ਬ੍ਰਿਜਿਸ ਨੂੰ ਕੰਸਟਰਕਟ ਕੀਤਾ ਜਾਵੇਗਾ। ਸਿੰਗਲਾ ਸ਼ਹਿਰ ਦੇ ਵਿੱਚ ਭੰਡਾਰੀ ਬ੍ਰਿਜ ਫਲਾਈਓਵਰ ਦੇ ਐਕਸਟੈਂਸ਼ਨ ਦਾ ਉਦਘਾਟਨ ਕਰਨ ਦੇ ਲਈ ਸੀ, ਜਿਸ ਨੂੰ ਹੋਲੀ ਸਿਟੀ ਦੀ ਲਾਈਫ ਲਾਈਨ ਵੀ ਕਿਹਾ ਜਾਂਦਾ ਹੈ। SGPC ਨੇ ਘੋਸ਼ਣਾ ਕੀਤੀ ਹੈ ਕਿ ਗੋਲਡਨ ਟੈਂਪਲ ਦੇ ਮੁੱਖ ਐਂਟਰੈਂਸ ਦੇ ਉੱਪਰ ਡੋਮ ਨੂੰ ਸੋਨੇ ਦੇ ਨਾਲ ਗਲਾਈਡ ਕੀਤਾ ਜਾਵੇਗਾ। ਇਸਨੇ ਦਾਅਵਾ ਕੀਤਾ ਹੈ ਕਿ ਭਗਤ ਸਿੱਖਾਂ ਦੇ ਲਈ ਸਭ ਤੋਂ ਪਵਿੱਤਰ ਧਾਰਮਿਕ ਥਾਂ ਨੂੰ ਸਜਾਉਣ ਦੇ ਲਈ ਗਹਿਣੇ ਦਾਨ ਕਰ ਰਹੇ ਹਨ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਸਨੀ ਲਿਓਨ ਦੇ ਪ੍ਰੋਡਿਊਸਰਸ ਤੋਂ ਸਿੱਖ ਭਾਵਨਾਵਾਂ ਨੂੰ ਚੋਟ ਪਹੁੰਚਾਉਣ ਦੇ ਲਈ ਟਾਈਟਲ ਹੈ ਫੇਸ ਮਿਊਜ਼ਿਕ ਤੋਂ ਕੌਰ ਸ਼ਬਦ ਨੂੰ ਹਟਾਉਣ ਦੇ ਲਈ ਕਿਹਾ ਹੈ। SL ਗਰੁੱਪ ਇਸ ਵੈਬ ਸੀਰੀਜ਼ ਨੂੰ ਪ੍ਰੋਡਿਊਸ ਕਰ ਰਿਹਾ ਹੈ, ਜਿਸ ਦਾ ਨਾਮ ਕਰਨਜੀਤ ਕੌਰ ਦਾ ਅਨਟੋਲਡ ਸਟੋਰੀ ਆਫ ਸਨੀ ਲਿਓਨ ਹੈ। ਸਾਡੇ ਨਾਲ ਜੁੜੇ ਰਹੋ ਦੋਸਤੋ, ਅਸੀਂ ਭਾਰਤ ਅਤੇ ਕੈਨੇਡਾ ਦੀਆਂ ਮਹੱਤਵਪੂਰਨ ਖਬਰਾਂ ਦੇ ਨਾਲ ਜਲਦੀ ਵਾਪਸ ਆਵਾਂਗੇ। ਕਰੋਲ ਬਾਗ ਜਵੈਲਰਸ, ਗਹਿਣਿਆਂ ਦੇ ਲੇਟੈਸਟ ਡਿਜ਼ਾਈਨ ਲਈ ਪਹਿਲੀ ਚੁਆਇਸ। ਸੋਨੇ ਅਤੇ ਹੀਰੇ ਦੇ ਸੈੱਟ, ਚੂੜੀਆਂ ਅਤੇ ਕੜੇ, ਚੇਨ, ਜੜਾਉ ਸੈੱਟ ਅਤੇ ਹੋਰ ਵੀ ਕਈ ਗਹਿਣਿਆਂ ਤੇ ਸਪੈਸ਼ਲ ਡਿਸਕਾਊਂਟ। ਸਭ ਤੋਂ ਵੱਡੀ ਚੁਆਇਸ, ਬਿਹਤਰੀਨ ਸਰਵਿਸ ਅਤੇ ਸਭ ਤੋਂ ਵਾਜਿਬ ਰੇਟਾਂ ਲਈ ਆਓ ਕਰੋਲ ਬਾਗ ਜਵੈਲਰਸ ਅਤੇ ਰੂਪ ਜਵੈਲਰਸ। ਕਰੋਲ ਬਾਗ ਜਵੈਲਰਸ, 1098 ਪੀਟਰ ਰੋਬਰਟਸਨ ਬੁਲੇਵਾਰਡ, ਬ੍ਰੈਂਪਟਨ। ਰੂਪ ਜਵੈਲਰਸ, 503 ਰੇ ਲੋਸਨ ਬੁਲੇਵਾਰਡ, ਬ੍ਰੈਂਪਟਨ। ਇੰਡੀਅਨ ਟਾਈਮਸ ਡੇਲੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਭਾਰਤ ਦੀਆਂ 10 ਮੁੱਖ ਖਬਰਾਂ ਹਨ। ਸੁਪਰੀਮ ਕੋਰਟ ਨੇ ਵਿਜੀਲੈਂਟੇ ਸਮੂਹਾਂ ਨੂੰ ਹੱਥਾਂ ਦੇ ਵਿੱਚ ਕਾਨੂੰਨ ਲੈਣ ਤੋਂ ਚੈੱਕ ਕਰਨ ਦੇ ਲਈ ਪ੍ਰੀਵੈਂਟਿਵ, ਰੈਮੇਡੀਅਲ ਅਤੇ ਪਿਊਨਿਟਿਵ ਉਪਾਵਾਂ ਦੇ ਲਈ ਆਦੇਸ਼ ਦਿੱਤਾ ਹੈ। ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਭੀੜ ਦੇ ਲਿੰਚਿੰਗ ਦੀ ਘਟਨਾਵਾਂ 'ਤੇ ਚਿੰਤਾ ਵੱਧਦੀ ਰਹੀ ਹੈ। ਵੈਸਟ ਬੰਗਾਲ ਦੇ ਮਿਡਨਾਪੁਰ ਸ਼ਹਿਰ ਵਿੱਚ PM ਨਰਿੰਦਰ ਮੋਦੀ ਦੀ ਰੈਲੀ ਵਿੱਚ ਇੱਕ ਸ਼ੱਕ ਡਿੱਗਣ ਦੇ ਇੱਕ ਦਿਨ ਦੇ ਬਾਅਦ ਪੁਲਿਸ ਨੇ ਰੈਲੀ ਆਰਗੇਨਾਈਜ਼ਰਸ ਰਾਜ BJP ਨੂੰ ਕਲਪੇਬਲ ਹੋਮੀਸਾਈਡ ਦੇ ਕੋਸ਼ਿਸ਼ ਦੇ ਲਈ ਬੁੱਕ ਕੀਤਾ ਹੈ। ਘਟਨਾ ਵਿੱਚ ਕੁਝ 90 ਲੋਕ ਜ਼ਖਮੀ ਹੋ ਗਏ ਸਨ। ਕਾਂਗਰਸ ਪ੍ਰੈਜ਼ੀਡੈਂਟ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉਹ ਐਕਸਪਲੋਇਟਿਡ, ਮਾਰਜਨਲਾਈਜ਼ਡ ਅਤੇ ਪਰਸੀਕਿਊਟਿਡ ਅਤੇ ਡਿਸਕ੍ਰਿਮੀਨੇਟ ਨਹੀਂ ਕਰਨਗੇ ਜਾਤੀ, ਧਰਮ ਜਾਂ ਵਿਸ਼ਵਾਸ ਦੇ ਆਧਾਰ 'ਤੇ। ਇੱਕ ਹਫ਼ਤੇ ਪਹਿਲੇ ਉਹਨਾਂ ਨੂੰ ਕਥਿਤ ਤੌਰ 'ਤੇ ਇਹ ਦੱਸਦੇ ਹੋਏ ਕਿ ਉਹ ਇੱਕ ਮੁਸਲਿਮ ਪਾਰਟੀ ਦੇ ਪ੍ਰੈਜ਼ੀਡੈਂਟ ਸਨ, BJP ਨੇ ਉਹਨਾਂ ਨੂੰ ਝਟਕਾ ਦਿੱਤਾ ਸੀ।
वुमेन एंड चाइल्ड डिवेलपमेंट मिनिस्टर मेनका गांधी ने सारे राज्यों को मदर टेरेसा वालों सैट मिशनरीज ऑफ चैरिटी के चाइल्ड केयर होम्स को इंस्पैक्ट करने का आदेश दिया है। हाल ही के घर वालों किए गए कथित इलीगल अडोपशन के मामले सामने आए हैं। सुप्रीम कोर्ट ने आईपीसी की धारा 370 की कॉन्स्टिट्यूशनल वैधता को चुनौती देने वाली अपील दे क्लच से उन्हों का फैसला रिजर्व कर दिया है, जो कि कंसेंशुअल गे सैक्स को क्रिमिनलाइज करता है। इस साल 2 अक्टूबर तो पहले फैसला सुनाया जा सकता है, क्योंकि जस्टिस मिश्रा उस दिन CJI के रूप में रिटायर होंगे। सोशल एक्टिविस्ट स्वामी अग्निवेश ने आरोप लगाया है कि झारखंड के BJYM ABVP मैंबर ने उन्होंने एंटी हिंदू रुख के लिए हमला किया। पुलिस अधिकारी अपराधियों के खिलाफ FIR दर्ज करने की प्रक्रिया में हैं, क्योंकि हमले में शामिल लोगों की पहचान का पता लगाया जा रहा है। BJP ने हिमाचल प्रदेश के हमीरपुर तो उसके लॉ मेकर अनुराग ठाकुर को लोकसभा में पार्टी के मुख्य व्हिप के रूप में नियुक्त किया है। उन्होंने राकेश सिंह की जगह ली, जिन्होंने हाल ही के मध्य प्रदेश BJP प्रेजिडेंट बनाया गया सी अते राज विच चुनाव रणनीति विच व्यस्त हैं। तमिलनाडु में एक रोड कंस्ट्रक्शन कंपनी से टैक्स छापे ने देश में हुण तक इलीगल कैश और सोने की सब तो वड्डी वसूली विचों एक नूं जन्म दिता है। कई थावां ते कुछ 170 करोड़ रुपए कैश और कुछ 100 किलोग्राम सोना पाया गया है। इंडियन बॉक्सिंग स्टार विजेंद्र सिंह ने एथलैटिक्स की लेटेस्ट गोल्डन गर्ल हिमा दास के प्रदर्शन की तारीफ की है और कहा कि एसमीज कुड़ियों इधर तो फाइनैशियल रूप तो समर्थन दिता जाना चाहिए है, तो सिर्फ यूलोजाइज नहीं। हिमा ने फिनलैंड में IAAF वर्ल्ड U20 चैंपियनशिप में विमेन्स 400 मीटर इवेंट के पीला मैडल जीत के पिछले हफ्ते इतिहास बनाया। बॉलीवुड एक्टर्स अक्षय कुमार और सलमान खान फोर्ब्स की 100 हाईएस्ट पेड एंटरटेनर्स की लिस्ट में हैं, जिसनों अमेरिकन बॉक्सर फ्लॉयड मेवेदर ने टॉप किया है। दुनिया के हाईएस्ट पेड सेलेब्रिटीज 2018 की फोर्ब्स की लिस्ट में अक्षय 76वें स्थान पर हैं, जबकि सलमान 82वें स्थान पर हैं। साढ़े नाल जुड़े रहो दोस्तों, असी कैनेडा दी महत्वपूर्ण खबरों के नाल जल्दी वापस आवांगे। Get the mortgage that's best for you from Abdul Kaiser, principal broker of Ingenious Mortgages. We offer first and second mortgages and refinancing. We deal with multiple lenders. We also conduct the REMIC course and exam to become a mortgage agent in just 1 week at our location. Call us at 416-887-9196 or log on to www.ingeniousmortgages.ca. IndianTimesDaily.com ਤੇ ਤੁਹਾਡਾ ਸਾਰਿਆਂ ਦਾ ਫੇਰ ਤੋਂ ਸਵਾਗਤ ਹੈ। ਕੈਨੇਡਾ ਦੀਆਂ 10 ਮੁੱਖ ਖਬਰਾਂ ਹਨ। ਅਪੋਜੀਸ਼ਨ MPs ਦੇ ਵੱਧਦੇ ਦਬਾਅ ਹੇਠ ਹਾਊਸ ਆਫ ਕਾਮਨਜ਼ ਇਮੀਗ੍ਰੇਸ਼ਨ ਕਮੇਟੀ US ਤੋਂ ਕੈਨੇਡਾ ਵਿੱਚ ਆਉਣ ਵਾਲੇ ਅਸਾਈਲਮ ਸੀਕਰਸ ਦੇ ਉੱਭਰਦੇ ਮੁੱਦੇ ਦਾ ਸਟੱਡੀ ਕਰਨ ਦੇ ਲਈ ਵੇਅਰ ਸਮਰ ਸੈਸ਼ਨ ਦੇ ਲਈ ਘੱਟੋ ਘੱਟ 2 ਵਾਰ ਮਿਲਣਗੇ। ਇਸ ਸਮਝੌਤੇ ਦੇ ਵਿੱਚ ਗੈਰ ਕਾਨੂੰਨੀ ਪੁਆਇੰਟਸ ਤੋਂ ਜ਼ਿਆਦਾਤਰ ਇਲੀਗਲ ਅਸਾਈਲਮ ਸੀਕਰਸ ਨੂੰ ਕਬੈਕ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ। PM ਦੀ ਯੂਥ ਕਾਉਂਸਿਲ ਦੇ 1 ਡਜ਼ਨ ਤੋਂ ਜ਼ਿਆਦਾ ਵਰਤਮਾਨ ਅਤੇ ਸਾਬਕਾ ਮੈਂਬਰ ਜਸਟਿਨ ਟਰੂਡੋ ਤੇ ਟਰਾਂਸ ਮਾਊਂਟੇਨ ਪਾਈਪਲਾਈਨ ਦੇ ਐਲਾਨ ਕੀਤੇ $4.5 ਬਿਲੀਅਨ ਦੇ ਖਰੀਦ ਨੂੰ ਰੋਕਣ ਦੇ ਲਈ ਬੁਲਾ ਰਹੇ ਹਨ। ਸਮੂਹ ਨੇ ਆਰਗਿਊ ਕੀਤਾ ਹੈ ਕਿ ਇਹ ਆਸ਼ਵਾਸਨ ਦਾ ਉਲੰਘਣ ਕਰਦਾ ਹੈ ਕਿ ਟਰੂਡੋ ਨੇ BC ਦੇ ਕੋਸਟ ਦੀ ਰੱਖਿਆ ਕਰਨ ਦੇ ਲਈ ਬਣਾਇਆ ਅਤੇ ਇੰਟਰਨੈਸ਼ਨਲ ਕਲਾਈਮੇਟ ਚੇਂਜ ਸਮਝੌਤੇ ਦੀ ਸਫਲਤਾ ਨੂੰ ਖਤਰੇ ਵਿੱਚ ਪਾ ਦਿੱਤਾ। ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਨੇ ਫੈਡਰਲ ਸਰਕਾਰ ਤੋਂ ਕੈਨੇਡਾ ਦੇ ਸੀਨੀਅਰਸ ਪਾਪੂਲੇਸ਼ਨ ਦੀ ਹੈਲਥ ਕੇਅਰ ਲਾਗਤ ਵਧਾਉਣ ਦੇ ਲਈ ਪ੍ਰੋਵਿੰਸਿਸ ਅਤੇ ਖੇਤਰਾਂ ਦੀ ਸਹਾਇਤਾ ਕਰਨ ਦੇ ਲਈ ਅਗਲੇ ਡੈਕੇਡ ਵਿੱਚ $21 ਬਿਲੀਅਨ ਖਰਚ ਕਰਨ ਦੀ ਬੇਨਤੀ ਕੀਤੀ ਹੈ। ਏਜਿੰਗ ਡੈਮੋਗ੍ਰਾਫਿਕਸ ਦੇ ਵਜ੍ਹਾ ਦੇ ਕਰਕੇ ਅਗਲੇ ਡੈਕੇਡ ਦੇ ਵਿੱਚ ਹੈਲਥ ਕੋਸਟ ਵਿੱਚ $93 ਬਿਲੀਅਨ ਦੀ ਵਧੋਤਰੀ ਦੀ ਉਮੀਦ ਹੈ। ਓਨਟੇਰੀਓ ਸਿਵਲ ਲਿਬਰਟੀਜ਼ ਐਸੋਸੀਏਸ਼ਨ ਨੇ ਫੈਡਰਲ ਸਰਕਾਰ ਤੋਂ ਜਰਮਨੀ ਵਿੱਚ ਇੱਕ ਜਰਮਨ ਕੈਨੇਡੀਅਨ ਔਰਤ ਦੇ ਅਨਜਸਟ ਡਿਟੈਂਸ਼ਨ ਨੂੰ ਖਤਮ ਕਰਨ ਦੇ ਲਈ ਜਰਮਨੀ ਵਿੱਚ ਹੋਲੋਕੌਸਟ ਤੋਂ ਇਨਕਾਰ ਕਰਨ ਵਾਲੇ ਵੀਡੀਓ ਪਬਲਿਸ਼ ਕਰਨ ਦੀ ਬੇਨਤੀ ਕੀਤੀ ਹੈ। ਮੋਨਿਕਾ ਸ਼ੈਫਰ ਨੂੰ ਜਰਮਨ ਕ੍ਰਿਮੀਨਲ ਲਾਅ ਦਾ ਆਰੋਪ ਲਗਾਇਆ ਗਿਆ ਸੀ, ਜੋ ਕਿ ਕੈਨੇਡਾ ਵਿੱਚ ਮੌਜੂਦ ਨਹੀਂ ਹੈ ਅਤੇ ਇੰਟਰਨੈਸ਼ਨਲ ਕਾਨੂੰਨ ਦੇ ਕੌਂਟਰਰੀ ਹੈ। ਪੂਰੇ ਕੈਨੇਡਾ ਵਿੱਚ ਸਰਕਾਰਾਂ ਅਸਫਲ ਕੰਜ਼ਰਵੇਸ਼ਨ ਵਾਅਦੇ ਤੇ ਬੈਠੀਆਂ ਹਨ, ਜਿਨ੍ਹਾਂ ਨੂੰ ਬਾਇਓਡਾਇਵਰਸਿਟੀ ਸੰਕਟ ਨੂੰ ਰੋਕਣ ਦੇ ਲਈ ਪੂਰਾ ਕੀਤਾ ਜਾਣਾ ਚਾਹੀਦਾ ਹੈ। ਇੱਕ ਨਵੀਂ ਰਿਪੋਰਟ ਤੋਂ ਪਤਾ ਚੱਲਦਾ ਹੈ ਕਿ ਕੈਨੇਡਾ ਦੇ ਲਈ 2020 ਤੱਕ ਉਸਦੀ ਲੈਂਡ ਅਤੇ ਇਨਲੈਂਡ ਵਾਟਰ ਦੀ ਰੱਖਿਆ ਦੇ ਲਈ ਉਸਦੀ ਇੰਟਰਨੈਸ਼ਨਲ ਕਮਿਟਮੈਂਟ ਨੂੰ ਪੂਰਾ ਕਰਨਾ ਸੰਭਵ ਹੈ। ਸਿਰਫ ਤਾਂ ਹੀ ਓਟਵਾ ਅਤੇ ਪ੍ਰੋਵਿੰਸ਼ੀਅਲ ਸਰਕਾਰ ਉਸਦੀ ਕਮਿਟਮੈਂਟ ਦੇ ਨਾਲ ਰਹੇ। CRTC ਨੇ ਟੈਲੀਕਾਮ ਕੰਪਨੀਜ਼ ਵੱਲੋਂ ਇਸਤੇਮਾਲ ਕੀਤੇ ਜਾਣ ਵਾਲੇ ਪੋਸੀਬਲ ਮਿਸਲੀਡਿੰਗ ਜਾਂ ਐਗਰੈਸਿਵ ਵਿਕਰੀ ਪ੍ਰੈਕਟਿਸਿਜ਼ ਵਿੱਚ ਸਾਰਵਜਨਿਕ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਰੈਗੂਲੇਟਰ ਨੇ 6 ਮਹੀਨੇ ਪਹਿਲੇ ਹੀ ਇਨਕਾਰ ਕਰ ਦਿੱਤਾ ਸੀ। ਘੋਸ਼ਣਾ ਵਿੱਚ ਕੈਨੇਡੀਅਨ ਲੋਕਾਂ ਦੇ ਲਈ ਆਨਲਾਈਨ ਜਾਣ ਅਤੇ ਕੁਐਸ਼ਨੇਬਲ ਟੈਲਕੋ ਸੇਲਜ਼ ਰਣਨੀਤੀ ਸ਼ਾਮਲ, ਉਹਨਾਂ ਦੇ ਪਰਸਨਲ ਅਨੁਭਵ ਸ਼ੇਅਰ ਕਰਨ ਦਾ ਇਨਵੀਟੇਸ਼ਨ ਸ਼ਾਮਲ ਸੀ। ਅਲਬਰਟਾ ਦੇ ਯੂਨਾਈਟਿਡ ਕੰਜ਼ਰਵੇਟਿਵ ਨੇ ਵੋਟਿੰਗ ਇਰੈਗੂਲੈਰਿਟੀਜ਼ 'ਤੇ ਇੱਕ ਇੰਟਰਨਲ ਰਿਪੋਰਟ ਜਾਰੀ ਕਰਨ ਤੋਂ ਰੋਕਿਆ ਹੈ, ਜਿਸ ਤੋਂ ਉਹਨਾਂ ਦੇ ਲੈਜਿਸਲੇਚਰ ਮੈਂਬਰਸ ਵਿੱਚੋਂ ਇੱਕ ਨੂੰ ਅਸਤੀਫਾ ਦੇਣਾ ਪਿਆ। ਕੌਕਸ ਨੇ ਮੈਂਬਰ ਪ੍ਰਭ ਗਿੱਲ ਦੇ ਫੈਬਰਵਰੀ ਵਿੱਚ ਪਾਰਟੀ ਇਵੈਂਟ ਦੇ ਲਈ ਟੈਕਸ ਪੇਅਰਸ ਨੂੰ ਚਾਰਜ ਕਰਨ ਦੇ ਬਾਅਦ $7,000 ਤੋਂ ਜ਼ਿਆਦਾ ਖਜ਼ਾਨੇ ਦੀ ਰੀਇੰਬਰਸ ਕਰਨ ਦੀ ਘੋਸ਼ਣਾ ਵੀ ਕੀਤੀ। ਭਾਰਤ ਦੇ ਕੈਨੇਡੀਅਨ ਹਾਈ ਕਮਿਸ਼ਨਰ ਨਾਦਿਰ ਪਟੇਲ ਨਿਊ ਦਿੱਲੀ ਦੇ ਵਿੱਚ ਕੈਨੇਡੀਅਨ ਫਿਲਮਾਂ ਦਾ ਜਸ਼ਨ ਮਨਾਉਣ ਦੇ ਲਈ ਦ ਰੀਲ ਕੈਨੇਡਾ ਫਿਲਮ ਫੈਸਟੀਵਲ ਦੀ ਪਹਿਲੀ ਫਿਲਮ ਦਾ ਉਦਘਾਟਨ ਕਰਨਗੇ।
ਇਹ ਆਯੋਜਨ 4 ਕੈਨੇਡੀਅਨ ਫਿਲਮਾਂ ਨੂੰ ਦਿਖਾਉਣਗੇ ਜਿਨ੍ਹਾਂ ਨੂੰ ਪਹਿਲੇ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਵਿਖਾਇਆ ਗਿਆ ਸੀ। ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਪ੍ਰੋਜੈਕਟਸ ਨੂੰ ਹੁਣ ਇੱਕ ਕਮਿਊਨਿਟੀ ਬੈਨੀਫਿਟ ਸਮਝੌਤੇ ਹੇਠ ਬਣਾਇਆ ਜਾਵੇਗਾ ਜੋ ਜੌਬ ਟ੍ਰੇਨਿੰਗ ਨਿਰਧਾਰਿਤ ਕਰਦਾ ਹੈ ਜੋ ਪ੍ਰੋਜੈਕਟਸ 'ਤੇ ਕੰਮ ਕਰ ਸਕਦੇ ਹਨ ਅਤੇ ਮਜ਼ਦੂਰੀ ਦਾ ਭੁਗਤਾਨ ਕੀਤਾ ਜਾ ਸਕਦਾ ਹੈ। ਸਮਝੌਤੇ ਦਾ ਉਦੇਸ਼ ਅਪ੍ਰੈਂਟਿਸਸ਼ਿਪਸ ਨੂੰ ਵਧਾਵਾ ਦੇਣਾ ਅਤੇ BC ਇਨਫਰਾਸਟ੍ਰਕਚਰ ਬੈਨੀਫਿਟਸ ਇੰਕ ਹੇਠ ਆਯੋਜਿਤ ਕੀਤੀ ਜਾਣ ਵਾਲੀਆਂ ਜ਼ਿਆਦਾ ਔਰਤਾਂ ਅਤੇ ਇੰਡੀਜਨਸ ਲੋਕਾਂ ਨੂੰ ਭਰਤੀ ਕਰਨਾ ਹੈ। ਕੈਨੇਡਾ ਦੇ ਹਾਈ ਆਰਕਟਿਕ ਵਿੱਚ ਸੈਂਕੜੇ ਗਲੇਸ਼ੀਅਰ ਘੱਟ ਹੋ ਰਹੇ ਹਨ ਅਤੇ ਕਈ ਲੋਕ ਗਾਇਬ ਹੋਣ ਦੀ ਉਮੀਦ ਕਰ ਰਹੇ ਹਨ। ਕੈਨੇਡੀਅਨ ਆਰਕਟਿਕ ਕੁਝ ਸਭ ਤੋਂ ਤੇਜ਼ ਕਲਾਈਮੇਟ ਵਾਰਮਿੰਗ ਦਾ ਅਨੁਭਵ ਕਰ ਰਿਹਾ ਹੈ ਜਿਸ ਵਿੱਚ ਐਲਿਸਮੇਅਰ ਆਇਲੈਂਡ 'ਤੇ ਐਨੂਅਲ ਐਵਰੇਜ ਟੈਂਪਰੇਚਰ 3.6 ਡਿਗਰੀ ਤੋਂ ਵੱਧ ਗਿਆ ਹੈ। ਇਸੇ ਨਾਲ ਸਾਡਾ ਨਿਊਜ਼ ਬੁਲੇਟਿਨ ਹੁਣ ਸਮਾਪਤ ਹੁੰਦਾ ਹੈ, ਪਰ ਤੁਸੀਂ ਇੰਡੀਅਨ ਟਾਈਮਜ਼ ਡੇਲੀ 'ਤੇ ਲੌਕਡਾਊਨ ਰਹੋ ਕਿਉਂਕਿ ਅੱਗੇ ਅਸੀਂ ਲੈ ਕੇ ਆ ਰਹੇ ਹਾਂ ਬਾਲੀਵੁੱਡ ਦੀਆਂ ਖਬਰਾਂ। ਇਹਦੇ ਇਲਾਵਾ ਹੁਣ ਇਸ ਪੋਰਟਲ ਦੇ ਅਕਾਊਂਟਿੰਗ ਫਰਮਸ ਤੋਂ ਲੈ ਕੇ ਵੈਡਿੰਗ ਪਲੈਨਰ ਤੱਕ ਸਾਰੇ ਕੈਨੇਡੀਅਨ ਬਿਜ਼ਨਸਿਸ ਐਂਡ ਰਿਸੋਰਸਿਸ ਨੂੰ ਲੱਭ ਸਕਦੇ ਹਨ। ਇੰਡੀਅਨ ਟਾਈਮਜ਼ ਡੇਲੀ ਵਿੱਚ ਅਸੀਂ ਸਾਰੇ ਚਾਹੁੰਦੇ ਹਾਂ ਕਿ ਤੁਹਾਡਾ ਅੱਜ ਦਾ ਦਿਨ ਸ਼ੁਭ ਤੇ ਖੁਸ਼ਗਵਾਰ ਗੁਜ਼ਰੇ। ਵੈਲਕਮ ਟੂ ਦ ਫੀਲਡ ਫਰੈਸ਼ ਸੁਪਰਮਾਰਕਟ, one stop shop for fresh vegetables, fruits, bakery products, Indian and Chinese grocery and much more. Visit us today at 5661 Steeles Avenue East in Scarborough, major intersection Steeles and Middlefield. Check out our weekly flyers. Field Fresh Supermarket, always fresh. Bollywood superstars Akshay Kumar and Salman Khan, with earnings of $40.5 million and $37.7 million, have made it to the Forbes World's Highest Paid Celebrity 2018 list, topped by former professional boxer Floyd Mayweather. Akshay and Salman are only the two Indians in the list, which was unveiled on Monday. Akshay is ranked 76th, while Salman is placed 82 in the list, which includes athletes, musicians, personalities, actors and comedians. Akshay has been described by Forbes as one of the Bollywood's leading men who have transitioned to socially conscious roles such as Toilet Ek Prem Katha, a comedy supporting government campaigns to improve sanitation, and Padman, about a guy hoping to provide inexpensive sanitary pads to rural communities, the description read. As for Salman, he has been called Bollywood's mainstay, who continues to produce and star in hits such as Tiger Zinda Hai, cashing in on back-end profits. Immigration Terminal, the specialist for visitor visa, student visa, business immigration, family sponsorship, work permits, PNP programs, live-in caregivers and LMIA applications. Highly experienced in cases involving criminal or medical admissibility and previously refused or misrepresentation cases. Call 416-675-5666 in Ontario or 778-927-3455 in BC. Email us at info@immigrationterminal.ca. Immigration Terminal, right consultants, right future. Priyanka Chopra and Nick Jonas sparked relationship rumors post the event at Met Gala, and since then they have continuously been spotted together. Now, when the entire nation wants to know what's cooking between the two, Priyanka's mother, Madhu Chopra, denied speaking about them either. During an event, when asked to comment on their relationship status, she said, ये तो उठपटांग बात मत पूछ, आज इनका दिन है, वो तो मेरे क्लिनिक में है ना, मैं परख ली बात है। While the Chopra family is battling another situation with the Brihan Mumbai Municipal Corporation, who sent them notice for illegal construction. Regarding the same, Madhu Chopra said, तुम्हें भी पता है, हमें भी पता है कि BMC का प्रॉब्लम होता क्यों है। आपको भी पता है? हाँ, सॉल्व हो रहा है। Madhu Chopra spoke at the announcement party for Men Universe India 2018-2019. Scans Accounting. A team of highly professional accountants, we deliver quality and immeasurable assistance to our clients. For Canada audit assistance and your business loans, the only name you can trust. A professional accountant always makes a difference. For more information, call us at 416-741-0801 or visit us at scansaccountants.com.